ਜ਼ਿਲ੍ਹਾ ਗੁਰਦਾਸਪੁਰ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਰਿਆੜ ਵਿੱਚ ਦੋ ਗੁੱਟਾਂ ਵਿੱਚ ਲੜਾਈ ਹੋ ਗਈ ਤੇ ਇਹ ਲੜਾਈ ਇੱਥੋਂ ਤੱਕ ਪਹੁੰਚ ਗਈ ਕਿ ਫੈਸਲਾ ਕਰਾ ਰਹੇ ਮੌਜੂਦਾ ਸਰਪੰਚ ਦੀ ਹੱਥੋਪਾਈ ਦੌਰਾਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਤੋਂ ਹੀ ਪਿੰਡ ਰਿਆੜ ਦੇ ਅਕਾਲੀ ਤੇ ਕਾਂਗਰਸੀ ਵਰਕਰਾਂ ਵਿੱਚ ਲੜਾਈ ਦਾ ਮਾਹੌਲ ਬਣਿਆ ਹੋਇਆ ਸੀ, ਜਿਸ ਦੇ ਚੱਲਦਿਆਂ ਬੀਤੇ ਦਿਨ ਰਾਜੀਨਾਮਾ ਕਰਨ ਲਈ ਦੋਵੇਂ ਧੜੇ ਇਕੱਠੇ ਹੋਏ ਸਨ। ਪਰ ਗੱਲਬਾਤ ਕਰਦਿਆਂ ਦੋਵਾਂ ਧੜਿਆਂ ਵਿੱਚ ਲੜਾਈ ਹੋ ਗਈ, ਜਿਸ ਵਿੱਚ ਮੌਜੂਦਾ ਸਰਪੰਚ ਦੀ ਮੌਤ ਹੋ ਗਈ ਤੇ 3 ਹੋਰ ਗੰਭੀਰ ਜ਼ਖਮੀ ਹੋ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਸਰਪੰਚ ਨਵਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਰਿਆੜ ਵਿੱਚ ਪਿਛਲੇ 20 ਸਾਲਾਂ ਤੋਂ ਅਕਾਲੀ ਸਰਪੰਚ ਬਣ ਰਹੇ ਸੀ, ਪਰ ਇਸ ਵਾਰ ਉਹਨਾਂ ਦਾ ਪੁੱਤਰ ਨਵਦੀਪ ਸਿੰਘ, ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਸੀ, ਸਰਪੰਚ ਬਣ ਗਿਆ। ਇਸ ਦੇ ਤਹਿਤ ਦੋਨਾਂ ਪਾਰਟੀਆਂ ਵਿੱਚ ਖਾਰ ਚੱਲ ਰਹੀ ਸੀ, ਜਿਸ ਦੇ ਚੱਲਦਿਆਂ ਬੀਤੇ ਦਿਨ ਦੋਵੇਂ ਪਾਰਟੀਆਂ ਸੁਲ੍ਹਾ ਸਫਾਈ ਕਰਨ ਲਈ ਇਕੱਠੀਆਂ ਹੋਈਆਂ ਸਨ। ਪਰ ਇਸ ਦੌਰਾਨ ਦੋਵਾਂ ਪਾਰਟੀਆਂ ਵਿਚਾਲੇ ਲੜਾਈ ਹੋ ਗਈ ਤੇ ਅਕਾਲੀ ਪਾਰਟੀ ਦੇ ਸਰਪੰਚਾਂ ਨੇ ਮੌਜੂਦਾ ਸਰਪੰਚ ਨਵਦੀਪ ਦੇ ਉੱਤੋਂ 3-4 ਵਾਰ ਗੱਡੀ ਲੰਘਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੇਰਾ ਬੇਟਾ ਸੀਗਾ, ਮੌਜੂਦਾ ਸਰਪੰਚ ਸੀਗਾ, ਇਹਨਾਂ ਨੇ ਫੈਸਲੇ 'ਤੇ ਸੱਦਿਆ ਸੀ, ਮੁੜ ਕੇ ਇਹਨੂੰ ਉਹਨਾਂ ਨੇ ਚੁੱਕ ਕੇ ਗੱਡੀ 'ਚ ਲੈ ਗਏ ਆਪਣੇ ਘਰੋਂ ਕੁੱਟ ਕੇ ਮਾਰ ਕੇ, ਫਿਰ ਇਹਨਾਂ ਨੇ ਲਿਆ ਕੇ ਬਾਹਰ ਲਿਆ ਕੇ ਤੇ ਇਹਨਾਂ ਨੇ ਗੱਡੀ ਤੋਂ ਨਿਕਾਈ, ਨਾਲੇ ਸਿਰ 'ਚ ਵੱਟੇ ਵੱਟੇ ਪੱਥਰ ਮਾਰ ਬਹੁਤ ਜ਼ਿਆਦਾ। ਉਹ ਅਕਾਲੀ ਪਾਰਟੀ ਦਾ ਸਰਪੰਚ ਸੀ, ਇਹਨਾਂ ਦਾ ਕੋਈ ਮਾੜਾ ਮੋਟਾ ਸੀਗਾ, ਕਹਿੰਦੇ ਮਾਫ਼ੀ ਮੰਗੀ ਆ, ਮੈਂ ਨਹੀਂ ਮੰਗੀ, ਉਹਦਾ ਕਰਕੇ ਥੋੜ੍ਹਾ ਜਿਹਾ ਝਗੜਾ ਜਿਹਾ ਵੱਧ ਗਿਆ। ਮੇਰਾ ਜਿਹੜਾ ਬੇਟਾ ਪਿੰਡ ਰਿਆੜ ਦਾ ਬਣਿਆ, ਉਹ ਜੋ ਦੌਲਤਪੁਰ ਦਾ ਵਾ, ਦੌਲਤਪੁਰ 'ਚ ਮੇਰਾ ਜਵਾਈ ਬਣਿਆ ਸੀ, ਉਹਦਾ ਕਰਕੇ ਸੋਰੀ ਕਰਦਾ, ਨਾਲੇ ਦੌਲਤ ਮੇਰੀ ਜ਼ਮੀਨ ਸੀਗੀ, ਉੱਥੇ ਮੈਂ ਫੇਰਾ ਮਾਨ 'ਤੇ ਜਾਣਾ ਪੈਂਦਾ। ਇਹ ਹਾਲਾਤ ਬਾਅਦ 'ਚੋਂ ਬਹੁਤ ਰਹੇ, ਉਹਨਾਂ ਕੋਲ ਨਜਾਇਜ਼ ਅਸਲਾ ਵੀ ਹੈਗਾ ਬਹੁਤ ਜ਼ਿਆਦਾ, ਭੁੱਕੀ ਦਾ ਅਤੇ ਸਮੈਕ ਦਾ ਬਹੁਤ ਜ਼ਿਆਦਾ ਕੰਮ ਕਰਦੇ, ਉਹਨਾਂ ਨੂੰ ਕੋਈ ਸਰਕਾਰ ਫੜਦੀ। ਇਹ ਫੈਸਲੇ 'ਤੇ ਗਏ ਆ, ਕੋਈ ਫੈਸਲਾ ਹੀ ਉੱਥੇ ਕਰਦੇ ਸੀ, ਫੈਸਲਾ ਕਰਦਿਆਂ ਕਰਦੇ ਉਹਨਾਂ ਨੇ ਮੁੰਡੇ ਪਵਾ ਦਿੱਤੇ ਇਹਨਾਂ ਨੂੰ, ਅਤੇ ਇਹ ਸਾਡੇ ਕਾਕੇ ਦੇ ਲੱਕ 'ਚ ਬਹੁਤ ਜ਼ਿਆਦਾ ਸਾਟਿਆ, ਇਹ ਅੰਮ੍ਰਿਤਸਰ ਦਾ। ਦੂਜਾ ਮੁੰਡਾ ਜਿਹੜਾ ਆ, ਉਹਦੇ ਵੀ ਆਹ ਸਾਰਾ ਹੀ ਸਿਰ ਉਹਦਾ ਵੀ ਫੀਸਾ ਆ, ਖਲੋਤਿਆਂ ਖਲੋਤਿਆਂ ਇਹਨਾਂ ਉੱਥੇ ਫੈਸਲੇ ਲੜਾਈ ਹੋਈ। ਦੀਪ ਦੀ ਉਹਨਾਂ ਨੇ ਸਾਹਮਣੇ ਸੁੱਟ ਕੇ ਬੂਹੇ ਗਾੜੀ ਸਿਰ 'ਤੇ ਸੱਟਾਂ ਮਾਰਦੇ, ਬਾਅਦ 'ਚ ਨਕਾਈ ਆ, ਪਹਿਲੋਂ ਸੱਟਾਂ ਮਾਰੀਆਂ ਸਿਰ 'ਚ ਉਹਨਾਂ ਨੇ, ਮੁੰਡੇ ਜਿਹੜੇ ਮੌਕਾ 'ਤੇ ਉੱਥੇ ਦੱਸਦੇ 'ਤੇ ਸੱਟਾਂ ਮਾਰੀਆਂ ਨੇ। ਅੱਜ ਤੋਂ 20-25 ਸਾਲ ਸਰਪੰਚੀ ਆ ਅਕਾਲੀ, ਬਸ ਪੱਕੇ ਅਕਾਲੀ ਆ, ਉਹ ਪਹਿਲੋਂ ਤੋਂ ਚੱਲਦੇ ਰਹੇ, ਅੱਤਵਾਦ 'ਚ ਚੱਲਦੇ ਰਹੇ। ਉਹਨਾਂ ਦਾ ਭਰਾ ਨਰਾਇਣ ਸਿੰਘ, ਉਹ ਅੱਤਵਾਦ ਦਰਬਾਰ ਸਾਹਿਬ ਰਿਹਾ, ਉਹਦੇ ਗਾੜੀ ਸਾਰੇ ਗਾੜੀ ਬੱਚੇ ਇਹਨਾਂ ਕੋਲ ਸਾਰੇ ਹਥਿਆਰ ਤੋਂ ਹੈਗੇ ਨਾ, ਇਹ ਤਾਂ ਸਾਰੀ ਦੁਨੀਆ ਨੂੰ ਪਤਾ, ਇਲਾਕੇ ਨੂੰ ਪਤਾ ਵੀ ਉਹ ਨਰਾਇਣ ਦੇ ਭਰਾ ਆ ਸਾਰੇ। ਦੂਜੇ ਪਾਸੇ ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਬਟਾਲਾ ਦੀ ਪੁਲਿਸ ਮੌਕੇ ਤੇ ਪਹੁੰਚੀ। ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪਿੰਡ ਦੌਲਤਪੁਰਾ, ਇੱਥੇ ਮੌਜੂਦਾ ਸਰਪੰਚ ਤੇ ਸਾਬਕਾ ਸਰਪੰਚ ਦਾ ਨਾ ਕਿਸੇ ਮਾਮਲੇ ਤੋਂ ਉਹਨਾਂ ਦੀ ਚਲਦੀ ਸੀ, ਤੇ ਅੱਜ ਪਾਰਟੀਆਂ ਇਕੱਠੀਆਂ ਹੋਈਆਂ ਸੀ, ਦੋ ਬੰਦੇ ਗਏ ਵੀ ਸੀ, ਸੁਰਿੰਦਰ ਗੁਰਨਾਮ ਇਹਨਾਂ ਨੂੰ ਕਿਹਾ ਕਿ ਦੂਜੀ ਪਾਰਟੀ ਨੂੰ ਕਿ ਬੈਠ ਕੇ ਅਤੇ ਮਾਮਲਾ ਸੁਲਝਾਈਏ ਕਿ ਅੱਗੇ ਨਾਲ ਗੱਲ ਵਧੇ। ਉਹ ਅੱਜ ਸਾਰੇ ਇੱਥੇ ਸਕੂਲ ਦੇ ਲਾਗੇ ਖੜ੍ਹੇ ਸੀ, ਅਤੇ ਫਿਰ ਦੂਸਰੀ ਪਾਰਟੀ ਕਾਫੀ ਜ਼ਿਆਦਾ ਉਹਨਾਂ ਦੇ ਮਿਕਦਾਰ ਸੀ, ਮੈਂ ਵੱਟੇ ਬੁੱਟੇ ਕਹਿੰਦੇ ਇਹਨਾਂ ਦੇ ਮੁਤਾਬਕ, ਜੇ ਮੈਂ ਇਨੀਸ਼ੀਅਲ ਦੱਸਣ ਡਿਆ ਕਿ ਵੱਟੇ ਬੁੱਟੇ ਚਲਾਏ ਨੇ, ਅਤੇ ਫਿਰ ਉਹਨਾਂ ਨੇ ਗੱਡੀ ਲਿਆ ਕੇ, ਇਹਨਾਂ ਦੇ ਪਹਿਲੇ ਜਿਹੜਾ ਬੰਦੇ ਦੀ ਡੈਥ ਹੋ ਗਈ ਹੈ, ਰਿਆੜਪੱਤੀ ਦਾ ਸਰਪੰਚ ਸੀ ਨਵਦੀਪ, ਅਤੇ ਉਹਦੀ ਗੱਡੀ ਵਾਰ ਵਾਰ ਚੜ੍ਹੀ ਹੈ, ਅਤੇ ਦੋ ਬੰਦੇ ਹੋਰ ਵੀ, ਤਿੰਨ ਬੰਦੇ ਹੋਰ ਜ਼ਖਮੀ ਹੋਏ, ਦੋ ਜ਼ਿਆਦਾ ਸੀਰੀਅਸ ਨੇ, ਉਹਨਾਂ ਨੂੰ ਅੰਮ੍ਰਿਤਸਰ ਸ਼ਿਫਟ ਕਰਤਾ, ਇੱਕ ਭੁਪਿੰਦਰ ਸਿੰਘ ਇੱਥੇ ਹੈ। ਕਾਰਵਾਈ ਉੱਤੇ ਕੇਸ ਰਜਿਸਟਰ 'ਤੇ ਕਰਾਂਗੇ ਜੀ, ਪਹਿਲੇ ਤਾਂ ਇਨੀਸ਼ੀਅਲੀ ਮੌਕਾ ਦੇਖ ਰਹੇ ਹਾਂ ਅਸੀਂ। ਜਿਹੜਾ ਮੌਜੂਦਾ ਸਰਪੰਚ ਆ, ਉਹਨਾਂ ਨੇ ਇਸ ਰਾਜੀਨਾਮੇ ਵਾਸਤੇ ਆਪਣੇ ਰਿਸ਼ਤੇਦਾਰ ਵੀ ਬੁਲਾਏ ਸੀ, ਇਹਨਾਂ ਦਾ ਆਪਣਾ ਕੋਈ 2-4 ਦਿਨ ਪਹਿਲੇ ਇਹਨਾਂ ਦੀ ਕੋਈ 10-ਕੁ ਦਿਨ ਪਹਿਲੇ ਦੀ ਕੋਈ ਗੜਬੜ ਹੋਈ ਸੀ, ਅਤੇ ਉਹਦੇ ਸੰਬੰਧ 'ਚ ਇਹਨਾਂ ਦਾ ਹੈਗਾ ਸੀ ਅੱਜ ਬੈਠ। ਨਹੀਂ, ਇਹਦੇ ਵਿੱਚ ਨਾ ਤਾਂ ਕੋਈ ਇਲੈਕਸ਼ਨ ਦਾ ਇਸ਼ੂ ਹੈ ਅਤੇ ਨਾ ਤਾਂ ਕੋਈ ਸਿਆਸੀ। ਹਾਂ, ਇਹ ਜ਼ਰੂਰ ਹੈ ਕਿ ਜੋ ਸਰਪੰਚੀ ਦੇ ਤੌਰ 'ਤੇ ਰਾਈਵਲਰੀ ਹੈਗੀ ਸੀ, ਅਤੇ ਜਿਹੜਾ ਦੂਸਰੇ ਸਰਪੰਚ ਹੈਗੇ ਸੀ ਉਹ ਪਿਛਲੇ 20 ਸਾਲ ਤੋਂ ਸਰਪੰਚ ਸਨ, ਅਤੇ ਇਹ ਜਿਹੜੇ ਐਤਕੀ ਹੁਣ ਇੰਦਰਜੀਤ ਸਿੰਘ,
ਜਿਨ੍ਹਾਂ ਦਾ ਸਗਾ ਸਾਲਾ ਸੀ ਇਹ ਜਿਹਦੀ ਡੈਥ ਹੋਈ ਰਿਆੜਪੱਤੀ ਵਾਲਾ ਅਤੇ ਉਹ ਐਤਕੀ ਸਰਪੰਚ ਬਣੇ ਸਨ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।